सारे ठंडे हो गए हो यार, इतनी ठंड में नहीं मैं भी भरी कपड़े पाए नहीं, की होया वो तेरा तो जुसा अच्छी है। अच्छा कैसी बात, सिर्फ दो पैक लगाओ सर्दी हो गई। मेरा तो कहते काम छड़ते है और देखना एक बार। अच्छा और किन पानी है ए अल्लाह ने बिल्कुल नहीं ना पानी चढ़ दे। ए वे तू लाते लाते क्यों चाड़ के बैठे हो, बेजुबान दा सांग कटदा पिया है। ओए नहीं बेजुबान केड़े आजकल दे आउंदे, बेजुबान दा सी इना दे पियो दा, ओनु मैं लगदे सी जिवें जुबान लगी है। अच्छा हटा जा पर जो मेरा ब्याह होया मेरा तो दिल घबरा गया। ओ क्यों रक्षा तो वड्डा दा सिलेंडर चक्की फिरदा सी। चेरी खाती गई सैड इफेक्ट हो गया, इस तरह हो जाता अम्मी इधर आया काफर आ गया। बहुता बोलता ओने कहना रात पता लगा कंजर फड़े गए। ओ जाए जा कंजर तुसी हो गए, असीं ते हाशमी कश्मीरी है ना बे पुत, ऐदा नहीं कहीदा हुंदा तेरा प्यो राणा सी। गैस नहीं आता सुबह सही। छोटी जी सी मेरी तो उम्र 17 साल सी, इन्हां दे प्यो दी सी 43 साल। चंगा भला काम आउंदा सी, उतो गड्डी चलाउंदा सी न्यू खान वालिया दी। अच्छा रात नूं सादका बड़ा टाइम लैके जांदा सी, बस फिर टाइम कढ के मेरे वल नूं आ जांदा सी। मैं जिन्ना सादका बड़ा जाण नूं टाइम लाउंदा सी उन्ना ही टाइम दुबारा लाउंदा सी। मैं तां उहदे टाइम तोकी सी, मैं तां रोज कलाक तेज कर दिंदी सी वी फटाफट कुइयां सुइयां घुम्मी जाण, इहनूं पता लगे वी 2 घंटे हो गए। अच्छा ते तुहाडे उहनां नूं स्टाइल किहड़ा पसंद सी? उहनूं स्टाइल तां नवें नवें रोज सिख के आउंदा सी, जदों थकावट हुंदी सी ना तां दिमाग च आउंदा सी वी अज इदां करूं अज इदां करूं। अज घर परौणे आ रहे आ। ਕਿੱਥੇ ਨੇ? ਬਨੇਰੇ ਤੇ ਕਾ ਬੈਠਾ। ਬੱਚੀ ਤੁਹਾਡੀ ਜਵਾਨ ਸੀ ਤਾਂ ਬੈਠਾ। ਇਹ ਮੈਂ ਕਿਹਾ ਤੁਸੀਂ ਆਪਣਾ ਤਾਰਫ ਨਹੀਂ ਕਰਾਇਆ। ਉਹ ਤੁਸੀਂ ਮੇਰੇ ਤਾਰਫ ਛੱਡੋ। ਕੋਈ ਨਹੀਂ ਕੋਈ ਨਹੀਂ, ਇਹ ਤੇਰਾ ਪਿਓ ਆ ਤੇਰੇ ਪਿੱਛੇ ਸਾਬਣ ਲਾਉਣ ਡਿਆ। ਮਲ ਕੇ ਲੜਾਈ ਮਲ ਕੇ ਚੀਜ਼ਾ ਅਬੇ ਇਹਨੇ ਕੀ ਹੱਥ ਫੇਰਨੇ, ਇਹਨਾਂ ਦਾ ਪਿਓ ਫੇਰਦਾ ਹੁੰਦਾ ਸੀ ਹੱਥ, ਹੱਥ ਫੇਰਦੇ ਆ ਫੇਰਦੇ ਜਦੋਂ ਆ ਕੇ ਜਾਣਾ ਫਿਰ ਲੱਤਾਂ ਫੇਰਨੀਆਂ। ਅੱਛਾ ਤੁਸੀਂ ਇਹ ਦੱਸੋ ਤੁਹਾਡੀ ਪਹਿਲੀ ਦਵਾਈ ਮਾਈ ਘੋੜੀ ਬੜੀ ਕਿੱਡੀ ਕੁ ਬੁਰੀ ਲੱਗਦੀ ਹੋਏ। ਤੁਹਾਡੀਆਂ ਔਰਤਾਂ ਤਾਂ ਘੋੜੀ ਬਣ ਕੇ ਸ਼ੇਰ ਨਹੀਂ ਲੱਗਦੀਆਂ। ਅੱਛਾ ਮਾਂ ਜੀ ਇੱਕ ਗੱਲ ਤੇ ਦੱਸੋ। ਨਹੀਂ ਇੱਕਰ ਕਿਉਂ ਬੁਰੀ ਆ, ਲੱਤ ਲੱਤ ਲਾ ਲਓ ਇਹਦਾ ਬੁੱਲ ਤੇ ਬੁੱਲ ਚੜ ਜਾਂਦਾ। ਬੇ ਬੁੱਲ ਤੇ ਬੁੱਲ ਚੜਦਾ ਸੀ ਇਹਨਾਂ ਦੇ ਪਿਓ ਦਾ, ਇਹਨਾਂ ਦਾ ਤਾਂ ਬੁੱਲ ਤੇ ਬੁੱਲ ਚੜਦਾ, ਇਹਦਾ ਪਿਓ ਦਾ ਤਾਂ ਟੁੱਲ ਤੇ ਟੁੱਲ ਚੜ ਜਾਂਦਾ ਸੀ। ਅੰਮੀ ਜਿਹਨੂੰ ਦੱਸਦੀ ਆ ਉਹ ਵੀ ਮੈਂ ਸਹੀ ਕਰਦਾ ਸੀ ਇਦਾਂ ਮਲ ਕੇ। ਅੱਛਾ ਮਾਂ ਜੀ ਇਹ ਦੱਸੋ ਤੁਹਾਡੀ ਪਹਿਲੀ ਦਫਾ ਚੀਖ ਕਿਵੇਂ ਨਿਕਲੀ? ਨੀ ਪਹਿਲੇ ਚੀਖ ਤਾਂ ਮੇਰੇ ਘਰੋਂ ਨਿਕਲਦੇ ਹੀ ਨਿਕਲ ਗਈ ਨਾ। ਉਹ ਕਿਉਂ? ਉਹ ਮੇਰੇ ਮੁੰਡੇ ਨੇ ਪੈਰ ਮੇਤਾ ਸੀ।
ਬਸ ਫਿਰ ਉੱਥੋਂ ਚੀਕਾਂ ਸ਼ੁਰੂ ਹੋ ਗਈਆਂ ਮੇਰੀਆਂ। ਅੱਛਾ ਇਹ ਦੱਸੋ ਤੁਸੀਂ ਪਹਿਲੀ ਦਫਾ ਲੌਂਗ ਕਿਸ ਕਿਵੇਂ ਕੀਤੀ? ਮੇਰਾ ਮੂੰਹ ਜਿਹਨੇ ਲੌਂਗ ਰੱਖਿਆ ਫਿਰ ਮੈਨੂੰ ਕਹਿੰਦਾ ਲੈ ਹੁਣ ਕਿਸ ਕਰੀਏ ਲੌਂਗ ਕਿਸ ਹੋ ਜੂ। 10 ਮਿੰਟ ਬਾਅਦ ਮੈਂ ਅੱਕ ਗਈ। ਹਾਂ ਫਿਰ ਉਹਨੇ ਕੱਢ ਕੇ ਲੈਚੀ ਰੱਖ ਦਿੱਤੀ। ਅੱਛਾ ਕਹਿੰਦਾ ਲੈਚੀ ਕਿਸ ਹੋਊਗੀ? ਇਹ ਰਾਤ ਨੂੰ ਨਾ ਸੈਕਸੀ ਖੇਡਾ ਖੇਡਦੀ ਹੁੰਦੀ ਸੀ। ਅੱਛਾ ਕਿਵੇਂ? ਥਲੜਾ ਦੇ ਸੰਭੂ ਚ ਪਾ ਕੇ ਦੇ ਸੀ ਕਲੀ ਕੋ ਜੋਟਾ। ਮਾਮਾ ਨਸਲ ਕੋ ਤੇਰੀ ਵੀ ਚੰਗੀ ਨਹੀਂ ਲੱਗਦੀ। ਅੱਛਾ ਤੁਸੀਂ ਮੈਨੂੰ ਇੱਕ ਗੱਲ ਤੇ ਦੱਸੋ। ਹੈ ਸੀਜ਼ਾ ਡਰਾਮੇ ਦੇ ਸਾਰੇ ਪੈਸੇ ਘਰ ਲੈ ਜਾਣੇ ਆ। ਅੱਛਾ ਮੇਰੀ ਗੱਲ ਤੇ ਸੁਣ, ਤੇਰੇ ਕੋਲ ਹੈ ਕੀ? ਤੇਰੇ ਪੱਲੇ ਹੋ ਗਿਆ ਜੀ ਸਰ, ਤੁਹਾਡਾ ਜੇਨ ਕਿੱਥੇ ਚਲੇ ਜਾਂਦਾ ਹੈ? ਨਹੀਂ ਜੇਨ ਉੱਥੇ ਜਾਂਦਾ ਜਿੱਥੇ ਆਉਂਦਾ ਹੀ। ਵਿਸਾਲੀਏ ਤੈਨੂੰ ਅੱਗੇ ਬਿਠਾ ਕੇ ਕੰਪਨੀ ਬਾਗ ਛੱਡ ਕੇ ਆਉਣਾ ਉਹਨਾਂ। ਤੂੰ ਤਾਂ ਕੰਪਨੀ ਬਾਗ ਛੱਡ ਹੀ ਆਉਣਾ, ਤੈਨੂੰ ਤਾਂ ਆਪਣੇ ਪੈਸਿਆਂ ਨਾਲ 60 ਰੁਪਏ ਲੈਣਾ ਉੱਥੇ ਜਾਣ ਦਾ। ਯਾਰ ਤੈਨੂੰ ਇੰਨੀਆਂ ਗੱਲਾਂ ਯਾਦ ਆ, ਦੋ ਭੈਣਾਂ ਭਾ ਡਰਾਮਾ ਲਵਾ ਲਾ। ਜਿੰਨੀ ਦੇਰ ਨਹੀਂ ਬਣਦੀਆਂ ਇਹਦੇ ਨਾਲ ਲੈ ਜਾ। ਸ਼ੁਕਰ। ਅੱਛਾ ਮੇਰੀ ਗੱਲ ਸੁਣੋ ਮਾਂ ਜੀ, ਤੁਹਾਡਾ ਬੁਲਾਉਣ ਦਾ ਤਰੀਕਾ ਸਹੀ ਨਹੀਂ। ਇਹਨਾਂ ਦਾ ਪਿਓ ਇਦਾਂ ਬੁਲਾਉਂਦਾ ਹੁੰਦਾ ਸੀ ਮੈਨੂੰ। ਅੱਛਾ ਉਹਨੇ ਤਾਂ ਬਕਾਇਦਾ ਹਾਕੀ ਰੱਖੀ ਹੁੰਦੀ ਸੀ। ਕਿਵੇਂ ਇਦਾਂ ਕਰਦਾ ਸੀ ਤਾਂ? ਹੁਣ ਮਾਂ ਜੀ ਕੋਈ ਗੱਲਾਂ ਨਹੀਂ ਵੀ ਕਰਨ ਵਾਲੀਆਂ ਆਉਂਦੀਆਂ। ਮੈਂ ਨਾ ਕੋਈ ਨਹੀਂ, ਅੱਛੀ ਔਰਤ ਜਾਤ ਆ, ਇਹਨਾਂ ਗੱਲਾਂ ਕਰ ਲੈਣੀਆਂ ਚਾਹੀਦੀਆਂ। ਓਏ ਕੁੜੀ ਦੀ ਖੈਰ ਆ, ਪਰੇ ਕੰਜਰ ਬੈਠਾ। ਮੈਂ ਕੋਈ ਨਹੀਂ, ਕੰਜਰ ਕਿਹੜਾ ਖਲਾਰਾ ਪਾਉਂਦਾ, ਚੁੱਪ ਕਰਕੇ ਬੈਠਾ ਬੈਠਾ ਰਹਿਣ ਦੇ। ਆ ਤੁਸੀਂ ਕੰਜਰ ਹੋ? ਹੈ ਕੰਜਰ ਹੋ? ਅਸੀਂ ਅੱਛਾ ਤਸਲੀਮ ਅੱਜ ਬੜਾ ਸੋਨ ਡਾ ਡਾਟ ਤੇਰਾ ਮੂੰਹ ਏ ਇਦੋਂ ਨਾਦਾ ਲਾ, ਗੈਸ ਨਾ ਵੀ ਹੋ ਜਾਂਦਾ। ਉਹ ਤਾਂ ਪਰੇ ਚਲ ਗਿਆ। ਅੱਛਾ ਮੈਂ ਸਾਹਮਣੇ ਤੇਰੇ ਕੋ ਸੜਦਾ ਹੈ? ਸੜਦਾ ਨਹੀਂ ਹੈਗਾ, ਤੈਨੂੰ ਪਤਾ ਇਹਦੇ ਪਿਓ ਨੂੰ ਖੁਦਕੁਸ਼ੀ ਕਰ ਲਈ। ਉਹ ਕਿਉਂ? ਇਹ ਇਧਰੋਂ ਹੋਇਆ ਆ, ਹਾਂ ਉਹਨੇ ਵੇਖਿਆ ਆ, ਰਸਾ ਗਲ ਚ ਪਾ ਕੇ ਤੇ ਲੰਮ ਗਿਆ। ਮੈਂ ਕਾਹਨੂੰ ਲੰਮਕਿਆ? ਉਹਨੂੰ ਤਾਂ ਚਾਹ ਚੜ ਕੇ ਸੀ ਇਹਨੂੰ ਦੇਖ ਕੇ। ਅੱਛਾ ਇਹ ਜਦੋਂ ਆਦੇ ਇਹਨੂੰ ਦੇਖਿਆ ਵਾ, ਉਹਨੂੰ ਤਾਂ ਚਾਹ ਚੜ ਕੇ। ਕਿਵੇਂ? ਮੇਰੇ ਤਾਂ ਚਾਹ ਲਾਉਣੇ ਔਖੇ ਹੋ ਗਏ। ਕਿਵੇਂ? ਉਹਨੂੰ ਤਾਂ ਛਿਲੇ ਤਾਂ ਦੇਣ ਵੀ ਨਹੀਂ ਪੂਰੇ ਕਰਨ ਦਿੱਤੇ। ਕਿਉਂ? ਕਹਿੰਦਾ ਭੁੱਲ ਜਾ, ਹੁਣ ਇਹਨੂੰ ਭੁੱਲ ਜਾ, ਇਹ ਸਹੀ ਨਹੀਂ ਬਣਿਆ, ਪਾਗਲਾ ਬਣਾਈਏ। ਇਹਦਾ ਐਡਾ ਕਾਲਾ ਆ, 10 ਦਿਨ ਇਹ ਨਹੀਂ ਪਤਾ ਲੱਗਾ ਵੀ ਕੁੜੀ ਕੋ ਮੁੰਡਾ। ਉਹ ਯਾਦ ਛੱਡੋ ਪਰਾ। ਅੱਛਾ ਆਪਸ ਦੀ ਗੱਲ ਏ? ਨਾ ਨਹੀਂ ਆਪਸ ਦੀ ਤਾਂ ਨਾ ਹੋਈ, ਜਿੱਥੇ ਹੱਥ ਜਾਣ ਡਏ। ਤੇਰੀ ਆਪਣੀ ਗੱਲ ਆ, ਮੇਰੀ ਆਪਣੀ ਗੱਲ। ਅੱਛਾ ਮਾਂ ਰੱਖ ਲੈ, ਕੀ ਹੋ ਗਿਆ? ਨਾ ਨਹੀਂ, ਉਹ ਪਰਲੇ ਭਾਈ ਨੇ ਤੇਰਾ ਰੱਖਿਆ ਹੀ ਆ, ਮੇਰੇ ਰੱਖਣ ਦਾ? ਹਾਂ ਕਿਸੇ ਬੰਦੇ ਦੀ ਗੋਲੀ ਚੁੱਕ ਕੇ ਤੇ ਨਹੀਂ ਖਾਇਆ ਤੂੰ? ਜੋ ਸਾਰੇ ਫੰਕਸ਼ਨ ਕਨਵਰਟ ਹੋਏ ਆ। ਅੱਛਾ ਤਸਵੀਰ ਮੇਰੀ ਗੱਲ ਸੁਣ। ਹਾਂਜੀ ਅੱਛਾ ਹੁਣ ਸੋਚਦਾ ਆ ਕੀ, ਕਾਸ਼ ਮੈਂ ਕੰਜਰ ਹੁੰਦਾ, ਮੈਂ ਵੀ ਇੱਥੇ ਹੋਣਾ। ਚੱਲ ਕੋਈ ਨਹੀਂ, ਤੂੰ ਕਿਹੜਾ ਕੰਜਰ ਹੋ ਕੇ ਗੱਡੀ ਲੈ ਲਈ, ਰਕਸ਼ਾ ਹੀ ਚਲਾਉਣਾ। ਸਾਰੇ ਡਰਾਮਾ ਵੇਖਣ ਡੇ, ਉਹ ਕੱਲਾ ਹੀ ਆਪਣੀ ਮਾਂ ਦਾ ਕਾਲਾ ਇਲਮ ਕਰ ਰਿਹਾ। ਸਪੀਕਰ ਤੋਂ 3 ਸਾਲ ਵੱਡਾ ਲੱਗਣ ਡਿਆ, ਪਰੇ ਹੋ ਜਾ। ਨਹੀਂ ਕੁੜੀਆ ਕੌਣ ਆ ਤੂੰ ਇੱਥੇ, ਕੀ ਕਰਨਾ ਹੈ? ਯਾਰ ਡਾਕਟਰ ਆ, ਮੈਨੂੰ ਬਾਹਰੋਂ ਕਿਸੇ ਨੇ ਫੋਨ ਕੀਤਾ ਹੈ। ਅਰੇ ਡਾਕਟਰ ਨਹੀਂ ਉਹ, ਇਹ ਵੀਜ਼ਾ ਦੇ ਡੇਰੇ ਤੋਂ ਆਈ ਹੈ। ਨਹੀਂ ਕੁੜੀਏ। ਅੱਛਾ ਨਹੀਂ ਤੇਰੀ ਸ਼ਾਦੀ ਹੋਈ ਆ? ਅੱਛਾ ਮੈਂ ਤੇਰੇ ਨਾਲ ਕਦੀ ਕਦੀ ਗੰਦੀ ਗੱਲ ਕੀਤੀ ਹੈ? ਉਹ ਗੰਦੇ ਕੰਮਾਂ ਤੋਂ ਵੀ ਗੰਦਾ ਹੈ। ਸਹੀ ਗੱਲ, ਮੈਂ ਇਹਦੀ ਬਹੁਤ ਇੱਜ਼ਤ ਕਰਨੀ ਆ। ਹੁਣ ਤੇਰੇ ਪਹਿਲੇ ਕੀ ਰਹਿ ਗਿਆ? ਇਹਨੂੰ ਕਹਿੰਦੇ ਜਿਹਨੂੰ ਸਟੂਡੈਂਟ ਪਸੰਦ ਹੁੰਦੇ ਆ। ਤੈਨੂੰ ਨਹੀਂ ਪਤਾ ਮੈਨੂੰ ਬੜਾ ਪਸੰਦ ਹੈ। ਇਹ ਉਹ ਕਾਲਾ ਨਹੀਂ ਹੈਗਾ ਜਿਹਨਾਂ ਦੀ ਫਿਲਮਾਂ ਲਗੋ ਕੇ ਲਿਆਈ ਦੀਆਂ, ਇਹ ਜੀਮੋ ਮਰਾਸਮ ਦਾ ਕਾਲਾ ਹੈ। ਬੈ ਨਾ ਵੇ, ਮੂੰਹ ਜ਼ਬਾਨ ਬੰਦ ਕਰ ਲਾ ਕੁੜੀਆਂ, ਤੇਰਾ ਵਿਆਹ ਤਾਂ ਨਹੀਂ ਹੋਇਆ। ਕਾਲਿਆਂ ਦਾ ਕਿਵੇਂ ਪਤਾ ਹੈ? ਇਹਨੂੰ ਪਤਾ ਹੀ ਹੋਣਾ ਵਾ, ਇਹ ਥੋੜੇ ਬੰਦੇ ਚੁੱਕਦਾ ਰੋਜ਼। ਜਿਹੜੀ ਸਵਾਰੀ ਕਹਿੰਦੀ ਲਾ ਅੱਡੇ ਜਾਣਾ, ਉਹ ਤੈਨੂੰ ਆਪਣੇ ਘਰ ਲੈ ਜਾਂਦਾ।
ਕਹਿੰਦਾ ਇਹ ਤੋਂ ਵੱਡਾ ਅੱਡਾ ਕਿਹੜਾ ਵਾ। ਅਗਲਾ ਜਦੋਂ ਦਰਵਾਜ਼ਾ ਖੋਲ ਕੇ ਅੰਦਰ ਵੜਦਾ ਅੰਦਰ ਅੱਡਾ ਖੱਡਾ ਹੁੰਦਾ। ਮਾਂ ਦੀ ਸ਼ਾਦੀ ਦਾ ਪੁੱਛੋ ਆਈ ਆ ਕੁੜੀਏ ਗੱਲ ਸੁਣ ਲਾ ਮੇਰਾ ਪੋਤਾ। ਹਾਂ ਇਹ ਤਾਂ ਮੈਂ ਕਰਨਾ ਕਿਤੇ ਵਿਆਹ। ਅੱਛਾ ਹਾਂ ਮੁੰਡਾ ਸਾਊ ਆ ਕੰਮ ਕਾਰ ਕਰਦਾ ਵਾ ਮਾਸ਼ਾਅੱਲਾ ਸਵੇਰੇ 8 ਵਜੇ ਵਿਹਲਾ ਫਿਰ ਜਾਂਦਾ ਵਾ ਰਾਤ ਨੂੰ 5 ਵਜੇ ਘਰ ਆ ਜਾਂਦਾ। ਆ ਪਹਿਲੇ ਨਾਲ ਦੇ ਕੰਜ ਨੂੰ ਪੁੱਛ ਇਹ ਇਹਦਾ ਮਾਮਾ ਤੇ ਨਹੀਂ। ਅੱਛਾ ਚਿੱਟਾ ਜੀ ਤੁਸੀਂ ਇੱਧਰ ਦੀ ਆਓ। ਆ ਪੁੱਤ ਨੂੰ ਚੈੱਕ ਕਰਾ ਆਪਣਾ ਜਰਾ ਮੇਰਾ ਪੁੱਤਾ ਕਿਹੜਾ ਕੱਟ ਕਿਹੜਾ ਕੱਟ ਸਾਰੇ ਪਾਸੇ ਧਿਆਨ ਪੈਣਾ ਚਾਹੀਦਾ। ਅਗਲੀ ਲੈਣ ਆਈ ਆ ਘਰੋਂ। ਚਿੱਟਾ ਜੀ ਜਰਾ ਬੈਕ ਸਾਈਡ ਤੇ ਦਿਖਾਓ ਥੱਲੇ ਲਾ ਕੇ। ਨਹੀਂ ਨਹੀਂ ਸਹੀ ਤਰੀਕੇ ਨਾਲ ਕਿਹੜੇ ਸ਼ਾਇਦ ਘਾਟਾ। ਨਹੀਂ 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 ਮੇਰਾ ਪੁੱਤ ਸਿਰ ਤੇ ਪਾਣੀ ਪਾਵੇ ਉੱਤੇ ਠੰਡਾ ਡੱਬਾ ਪਾਉਂਦਾ ਲੱਤਾਂ ਤੱਕ ਆਉਂਦਾ ਗਰਮ ਹੋ ਜਾਂਦਾ। ਉਹ ਮਾਂ ਜੀ ਜਿਹੜਾ ਰਾੜ ਆ ਨਾ ਦਰਿਆਂਤਰ ਮੈਂ ਅੱਜ ਉੱਥੇ ਆ ਕੇ ਵਿੱਚ ਜੁੱਸਾ ਆਤਸ਼ੀ ਹੋ ਜਾਂਦਾ। ਪੁੱਤ ਜਦੋਂ ਅੱਗੇ ਡੱਬਾ ਪਾਵੇ ਉਦੋਂ ਰਾੜ ਦਾ ਮਸਲਾ ਹੁੰਦਾ ਜਦੋਂ ਪਿੱਛੇ ਪਾਵੇ ਉਦੋਂ ਪਾੜ ਦਾ ਮਸਲਾ ਹੁੰਦਾ। ਬਹਿ ਜਾ ਤੂੰ ਰਾੜ ਦਾ ਸੁਣ ਕੇ ਉਹਨਾਂ ਮੁਕੇ ਟੁਰ ਪਈ ਬਹਿ ਜਾ। ਲੇਕਿਨ ਇਹ ਖਲਵਾੜ ਆ ਖਲਵਾੜ ਚੀਜ਼ਾ ਸਫਾਈ ਵੀ ਵਾਕਬ ਨਹੀਂ ਹੁੰਦੇ ਐਵੇਂ ਪਿੰਡ ਦੇ ਲੱਗੇ ਹੁੰਦੇ। ਮੈਂ ਆਇਆ ਕਜਵਾੜੀ ਨੂੰ ਜਿਹੜੇ ਵਾਕਬ ਹੁੰਦੇ ਸਿਆਲਕੋਟ ਕੇ ਆਏ ਹੁੰਦੇ। ਮਾਂ ਜੀ ਤੁਸੀਂ ਤਾਂ ਕਹਿੰਦੇ ਮਾਮਾ ਇਹ ਤੇ ਸੌਂਗਾ। ਹਾਂ ਉਹ ਤਾਂ ਵੀ ਮੇ ਤੋਂ ਪਰੇ ਕਰ ਲਓ ਮੈਂ ਤੁਹਾਨੂੰ ਕਹੀ ਆ ਇਹ ਸੌਂਗਾ ਨਹੀਂ ਇਹਨੂੰ 500 ਦੇ ਕੇ ਚੌਂਗਾ ਬਣ ਜਾਂਦਾ। ਨਹੀਂ ਕੁੜੀਆ ਗੱਲ ਸੁਣ ਲਾ ਆ ਮੇਰਾ ਪੋਤਾ ਇਹਦਾ ਮੈਂ ਕਰਨਾ ਵਿਆਹ ਤੇ ਮੈਂ ਆਉਣੇ ਪਾਉਣਿਆਂ ਚ ਕੱਢਣਾ ਵਾ। ਅੱਛਾ ਜੇ ਤਾਂ ਤੈਨੂੰ ਆਇਆ ਚੀਕਾਂ ਇੰਨੀ ਲੇਟ ਚੀਕਾਂ ਓਏ ਅੱਬੀ ਜੀ ਉਹ ਤਾਂ ਫੇਰ ਬਾਹਰ ਰੋੜਤੀ ਉਹਦੀ। ਉਹ ਤੁਹਾਡੀ ਨੋ ਤੁਹਾਡੀ ਨੋ ਵਾਸ਼ਰੂਮ ਚ ਸਲਿੱਪ ਹੋ ਕੇ ਡਿੱਗ ਪਈ ਉਹਦਾ ਖੂਨ ਨਹੀਂ ਰੁਕਣ ਦੇ। ਆ ਮੈਂ ਮਰ ਜੀ ਮੈਂ ਕੀ ਕਰਦਾ ਮੇਰੀ ਮਾਂ ਨੂੰ ਤੇ ਕੁੜੀਆਂ ਦਾ ਕੀ ਰੁਪਈਆ ਕੁੜੀਆਂ ਮਰ ਜੀ ਜਾਂਦੀ ਮਾਰੀ ਵੇਖਿਓ ਲੋ ਮੈਂ ਕੀ ਕਰਦਾ। ਬਦ ਦਵਾਈਆਂ ਤਾਂ ਸਾਨੂੰ ਪਹਿਲਾਂ ਹੀ ਲੈ ਕੇ ਬਹਿ ਲਈਆਂ ਮੈਂ ਤਾਂ ਕੀਤਾ ਵੀ ਕੁਛ ਨਹੀਂ ਉਹ ਤਾਂ ਡਿੱਗ ਪਈ।